ਲੱਗਦੇ ਨੇ ਕੁਝ ਰੁੱਖ ਮੈਨੂੰ ਆਵਾਂ ਕੁਝ ਰੁੱਖ ਮੇਰੇ ਦਾਦੇ ਵਰਗੇ ਕੁਝ ਰੁੱਖ ਵਾਂਗ ਭਰਾਵਾਂ ਮਤਲਬ ਇਨਵਾਇਰਮੈਂਟ ਅਸੀਂ ਸੇਵੀਅਰਸ ਜਿਹੜੇ ਇੱਥੇ ਸਾਰੇ ਖੜੇ ਹਾਂ ਸਾਨੂੰ ਇਹ ਲੱਗਦਾ ਵੀ ਇਹ ਕੰਮ ਕਰਨ ਨਾਲ ਸਾਨੂੰ ਇੰਟਰਨਲੀ ਸੈਟੀਸਫੈਕਸ਼ਨ ਮਿਲਦੀ ਆ ਸਾਨੂੰ ਲੱਗਦਾ ਵੀ ਅਸੀਂ ਜਦੋਂ ਕਿਸੇ ਚੀਜ਼ ਲਈ ਮਤਲਬ ਇਨਵਾਇਰਮੈਂਟ ਲਈ ਕੁਛ ਕਰਦੇ ਹਾਂ ਤਾਂ ਸਾਨੂੰ ਉਹਦੇ ਵਿੱਚ ਇੰਨੀ ਖੁਸ਼ੀ ਮਿਲਦੀ ਹੈ ਜਿਹਦਾ ਕੋਈ ਮੁੱਲ ਨਹੀਂ ਹੈਗਾ ਜਿਹਨੂੰ ਅਸੀਂ ਕਿਤੋਂ ਖਰੀਦ ਨਹੀਂ ਸਕਦੇ ਦੂਜੇ ਪਾਸੇ ਸਾਨੂੰ ਲੱਗਦਾ ਵੀ ਜੇ ਅਸੀਂ ਹਿਊਮਨ ਆ ਜੇ ਅਸੀਂ ਹੈਗੇ ਹਾਂ ਤਾਂ ਸਾਡੇ ਨਾਲ ਹੀ ਨੇਚਰ ਆ ਜੇ ਨੇਚਰ ਹੋਊਗੀ ਤਾਂ ਅਸੀਂ ਹੋਵਾਂਗੇ ਬੰਦੇ ਨੇ ਮਰ ਕੇ ਮਿੱਟੀ 'ਚ ਜਾਣਾ ਜੇ ਅਸੀਂ ਉਸੇ ਮਿੱਟੀ ਦੀ ਕਦਰ ਨਹੀਂ ਕਰ ਸਕਦੇ ਤਾਂ ਸਾਡੀ ਇੱਥੇ ਹੋਣ ਦਾ ਕੋਈ ਫਾਇਦਾ ਨਹੀਂ ਸਾਡੀ ਹੋਂਦ ਹੀ ਬੇਕਾਰ ਆ ਸਾਨੂੰ ਰੱਬ ਨੇ ਬਣਾਇਆ ਸਾਡੇ ਨਾਲ ਐਡੀ ਵੱਡੀ ਕਾਇਨਾਤ ਸਿਰਜੀ ਹੈ ਜੇ ਇਸ ਕਾਇਨਾਤ ਦਾ ਸਾਡੇ ਲਈ ਕੋਈ ਅਰਥ ਨਹੀਂ ਹੈ ਤਾਂ ਫਿਰ ਸਾਨੂੰ ਲੱਗਦਾ ਵੀ ਸਾਡੀ ਜ਼ਿੰਦਗੀ ਦਾ ਵੀ ਸਾਡੇ ਲਈ ਕੋਈ ਅਰਥ ਨਹੀਂ ਹੈ ਇਸ ਤੋਂ ਇਲਾਵਾ ਸਾਨੂੰ ਲੱਗਦਾ ਵੀ ਜੇ ਤੰਦਰੁਸਤ ਸਰੀਰ ਹੋਊਗਾ ਤਾਂ ਤੰਦਰੁਸਤ ਮਨ ਹੋਊਗਾ ਚੰਗੀ ਸੋਚ ਹੋਊਗੀ ਕਿਉਂਕਿ ਜੇ ਆਲਾ ਦੁਆਲਾ ਚੰਗਾ ਹੋਊਗਾ ਕਿਉਂਕਿ ਸਾਈਕੋਲੋਜੀਕਲੀ ਵੀ ਦੇਖਿਆ ਜਾਵੇ ਤਾਂ ਇਨਵਾਇਰਮੈਂਟ ਦਾ ਬੰਦੇ ਦੇ ਉੱਤੇ ਬਹੁਤ ਇਫੈਕਟ ਪੈਂਦਾ ਇਸ ਤੋਂ ਇਲਾਵਾ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਇੱਕ ਮਤਲਬ ਪਰਸਨਲੀ ਜਿਹੜੀ ਘਟਨਾ ਜਦੋਂ ਮੈਂ ਇੰਸਪਾਇਰ ਹੋਈ ਹਾਂ ਇੱਕ ਆਪਣੇ 12 ਵਾਰੀ ਗਾਰਡਨ ਹੈ ਇੱਥੇ ਅਤੇ ਮੋਰਨਿੰਗ ਅਸੀਂ ਵਾਕ ਲਈ ਗਏ ਉੱਥੇ ਬਹੁਤ ਹੀ ਵੈਲ ਐਜੂਕੇਟਡ ਪਰਸਨ ਸਾਹਮਣੇ ਕੋਈ ਡਸਟਬਿਨ ਤੋਂ ਬਾਹਰ ਕੋਈ ਕੂੜਾ ਸਿੱਟ ਗਿਆ ਅਤੇ ਉਹ ਉੱਥੋਂ ਮਤਲਬ ਰਨਿੰਗ ਕਰ ਰਹੇ ਸੀਗੇ ਅਤੇ ਜਦੋਂ ਰਨਿੰਗ ਕਰ ਰਹੇ ਸੀ ਉਹਨਾਂ ਨੇ ਚੁੱਕਿਆ ਅਤੇ ਉਹਦੇ ਵਿੱਚ ਡਸਟਬਿਨ 'ਚ ਪਾ ਤਾ ਅਗਲੀ ਵਾਰ ਜਦੋਂ ਰਾਊਂਡ ਸਰਕਲ ਕੱਢ ਕੇ ਫਿਰ ਉੱਥੇ ਆਏ ਅਤੇ ਕੋਈ ਬੰਦਾ ਫਿਰ ਸਵੇਰੇ ਸਵੇਰੇ ਫਰੂਟੀ ਦਾ ਉਹ ਜਿਹੜਾ ਸੀਗਾ ਰੈਪਰ ਫਿਰ ਉੱਥੇ ਸਿੱਟ ਗਿਆ ਅਤੇ ਉਹ ਬੰਦਾ ਜਦੋਂ ਸੈਕਿੰਡ ਟਰੈਕ ਕੱਢਦਾ ਹੋਇਆ ਉੱਥੇ ਆਇਆ ਅਤੇ ਉਹਨੇ ਫਿਰ ਚੱਕ ਕੇ ਪਾਇਆ ਅਤੇ ਅਸੀਂ ਸੋਚ ਰਹੇ ਹਾਂ ਵੀ ਯਾਰ ਇਸ ਪਰਸਨ ਨੂੰ ਕੀ ਅਤੇ ਮੈਨੂੰ ਉਹ ਤੋਂ ਬੜਾ ਇੰਸਪਾਇਰ ਹੋਇਆ ਅਤੇ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਪਰਸਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੈਲ ਨਾਊਨ ਪਰਸਨੈਲਿਟੀ ਹੈ ਅਤੇ ਜਦੋਂ ਐਡੇ ਵੱਡੇ ਕੰਮ ਕਰਨ ਵਾਲਾ ਬੰਦਾ ਇਹਨਾਂ ਚੀਜ਼ਾਂ ਸੰਕੋਚ ਨਹੀਂ ਮੰਨਦਾ ਤਾਂ ਅਸੀਂ ਕਿਉਂ ਸੰਕੋਚ ਕਰਦੇ ਹਾਂ ਸਾਨੂੰ ਲੱਗਦਾ ਵੀ ਦੂਜਾ ਗੰਦ ਪਾ ਕੇ ਗਿਆ ਅਤੇ ਅਸੀਂ ਕਿਉਂ ਚੱਕੀਏ ਮਤਲਬ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਰੇ ਵੀ ਸਾਡਾ ਫਰਜ਼ ਬਣਦਾ ਅਸੀਂ ਆਪਣੇ ਵਾਤਾਵਰਨ ਨੂੰ ਬਚਾਈਏ